दंडवत वंदन अनेक बार सर्व कला समरथ डोलन तेरा को प्रभु नानक दे Thank you.
ਗੁਰੂਆਂ ਦੇ ਪਵਿੱਤਰ ਅਤੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪਰਮ ਸਤਿਕਾਰਯੋਗ ਸਤਸੰਗੀਓ ਆਓ, ਜਿੰਨੇ ਵੀ ਇੱਥੇ ਮਾਈ ਭਾਈ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਨੇ, ਆਪਣੀ ਮਨ ਬਿਰਤੀ ਨੂੰ ਇਕਾਗਰ ਕਰਨਾ, ਸਾਰਿਆਂ ਨੇ ਰਸਨਾ ਨੂੰ ਪਵਿੱਤਰ ਕਰਨਾ। ਇੱਕ ਵਾਰੀ ਸਭ ਗੱਜ ਕੇ ਆਖੋ, ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਤੇ ਹੁਣ ਉਹਨਾਂ ਸਤਿਗੁਰਾਂ ਨੂੰ ਅਸਾਂ ਯਾਦ ਕਰਨਾ, ਕਿਉਂਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਣ ਕੇ ਜਾਗਤ ਜੋਤ ਦੀ ਰੀਤ ਚਲਾਈ ਸੀ ਇਸ ਸੰਸਾਰ ਦੇ ਵਿੱਚ। ਉਸੇ ਜੋਤ ਫਿਰ ਅੱਗੇ ਵੱਧ ਕੇ ਬਾਰਵੀਂ ਪਾਤਸ਼ਾਹੀ ਦੇ ਰੂਪ ਵਿੱਚ ਆਈ ਅੱਗੇ। ਆਖਦੇ ਨੇ ਗੁਰਬਾਣੀ 'ਚ, ਕਹਿੰਦੇ ਨੇ ਨਾਨਕ ਗੁਰ ਤੇ ਗੁਰੂ ਹੋਇਆ, ਵੇਖੋ ਤਿਸ ਕੀ ਰਜਾਏ। ਦੇਹ ਧਾਰੀ ਦੀ ਰਸਮ ਜਿਹੜੀ ਉਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਣ ਕੇ ਚਲਾਈ ਹੈ। ਉਸੇ ਰੂਪ ਨੂੰ ਅੱਗੇ ਫਿਰ ਬਾਰਵੀਂ ਪਾਤਸ਼ਾਹੀ ਦੇ ਰੂਪ ਵਿੱਚ ਵੇਖਿਆ ਗਿਆ। ਇੱਕ ਵਾਰੀ ਸਭ ਗੱਜ ਕੇ ਆਖੋ, ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਤੇ ਜਿਨ੍ਹਾਂ ਦਾ ਲਾਹਾ ਅਸੀਂ 54 ਸਾਲ ਗੱਦੀ ਨਸ਼ੀਨ ਹੋਏ ਖੱਟਿਆ, ਅਥਾਹ ਸੁੱਖ ਪ੍ਰਾਪਤ ਕੀਤੇ ਨੇ ਉਹਨਾਂ ਕੋਲੋਂ, ਤੇ ਫਿਰ ਸਾਡਾ ਵੀ ਫਰਜ਼ ਬਣਦਾ ਵੀ ਜਿੱਥੇ ਸਤਿਗੁਰੂ ਇੰਨੇ ਸੁੱਖ ਦਿੰਦਾ ਸਿੱਖ ਨੂੰ, ਤੇ ਫਿਰ ਸਿੱਖ ਵੀ ਉਸ ਨੂੰ ਯਾਦ ਕਰੇ। ਆਓ ਉਹਨਾਂ ਸਤਿਗੁਰਾਂ ਨੂੰ ਵੀ ਇੱਕ ਵਾਰੀ ਆਪਣੇ ਹਿਰਦੇ ਵਿੱਚ ਵਸਾਈਏ, ਚਰਨਾਂ 'ਤੇ ਨਤਮਸਤਕ ਹੋਈਏ, ਸਭ ਗੱਜ ਕੇ ਆਖੋ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਅਤੇ ਹੁਣ ਜਿੰਨੇ ਵੀ ਅਸੀਂ ਕਾਰਜ ਇਸ ਸੰਸਾਰ 'ਚ ਕੀਤੇ ਨੇ ਜਾਂ ਕਰਨੇ ਨੇ, ਉਹਨਾਂ ਨੂੰ ਅਸਾਂ ਸਫਲ ਹੁੰਦਿਆਂ ਹੀ ਵੇਖਣਾ, ਸਫਲ ਹੁੰਦਿਆਂ ਵੇਖਣਾ। ਇਹ ਮਨੁੱਖ ਦਾ ਇਹ ਸੁਭਾਅ ਬਣਿਆ, ਅਸਫਲਤਾ ਨਹੀਂ ਉਹ ਵੇਖ ਸਕਦਾ। ਕਿਸ ਤਰ੍ਹਾਂ ਸਫਲ ਹੋਣੇ ਨੇ ਸਾਡੇ ਕੀਤੇ ਹੋਏ ਕਾਰਜ? ਮਹਾਰਾਜ ਗੁਰਬਾਣੀ ਚਾਹੁੰਦੇ ਨੇ ਕਿ ਇਹ ਕਾਰਜ ਤੇਰੇ ਤਾਂ ਸਫਲ ਹੋ ਸਕਦੇ ਨੇ ਜੇ ਸਮੇਂ ਦਾ ਮਾਲਕ ਇਸ 'ਤੇ ਮੋਹਰ ਲਾਵੇ। ਅਤੇ ਜੇ ਸਮੇਂ ਦੇ ਮਾਲਕ ਨੇ ਇਸ ਮੋਹਰ ਲਾਉਣੀ ਇਸ 'ਤੇ, ਤਾਂ ਇਹ ਕਾਰਜ ਤੇਰਾ ਰਾਸ ਹੋਣਾ, ਸਫਲ ਹੋਣਾ। ਅਤੇ ਜੇ ਸਮੇਂ ਦਾ ਮਾਲਕ, ਸਮੇਂ ਦਾ ਸਤਿਗੁਰ ਸਾਡੇ ਕੀਤੇ ਹੋਏ ਕਾਰਜਾਂ 'ਤੇ ਜਦੋਂ ਮੋਹਰ ਲਾ ਦਿੰਦਾ, ਤਾਂ ਫਿਰ ਜਦੋਂ ਸਾਡਾ ਜਿੱਥੇ ਇਹ ਮਨੁੱਖੀ ਕਾਰਜ ਸਫਲ ਹੁੰਦਾ, ਉੱਥੇ ਮਨੁੱਖੀ ਜਾਮਾ ਵੀ ਸਫਲ ਹੁੰਦਾ ਵੇਖਿਆ ਗਿਆ। ਆਓ ਆਪਣੇ ਇਹਨਾਂ ਕਾਰਜਾਂ ਨੂੰ ਸਫਲ ਕਰਾਉਂਦੇ ਹੋਏ ਮਨੁੱਖੀ ਜਾਮੇ ਨੂੰ ਵੀ ਸਫਲ ਕਰਾਈਏ, ਸਮੇਂ ਦੇ ਮਾਲਕ ਨੂੰ ਯਾਦ ਕਰੀਏ। ਕੈਸਾ ਹੈ ਉਹ ਸਮੇਂ ਦਾ ਮਾਲਕ, ਕਿੰਨਾ ਸ਼ਕਤੀਸ਼ਾਲੀ ਹੈ, ਕਿੰਨਾ ਬਲਸ਼ਾਲੀ ਹੈ। ਮਹਾਤਮਾ ਲਿਖਦੇ ਨੇ ਉਹਨਾਂ ਦੀ ਬਾਬਤ, ਮਾਲਕ ਪੈਰੇ ਦਾ ਹੈ ਗੁਰੂ ਦੇ ਸਿੰਘ ਸਤਿਗੁਰ, ਹੁਣ ਤਾਂ ਇਹੋ ਹੀ ਧਰਮ ਪ੍ਰਚਾਰਦਾ ਹੈ। ਕਹਿੰਦੇ ਨੇ ਮਾਲਕ ਪਹਿਰੇ ਦਾ ਹੈ ਗੁਰੂ ਦੇ ਸਿੰਘ ਸਤਿਗੁਰੂ, ਹੁਣ ਤਾਂ ਇਹੋ ਹੀ ਧਰਮ ਪ੍ਰਚਾਰਦਾ ਹੈ। ਦਾਤਾ ਰਿਧੀਆਂ ਸਿੱਧੀਆਂ ਤੇਰੀਆਂ ਰਹਿਮਤਾਂ ਦਾ, ਅਤੇ ਸਾਡੇ ਵਿਗੜੇ ਕਾਜ ਵੀ ਸਵਾਰਦਾ ਹੈ। ਆਓ ਆਪਣੇ ਇਸ ਮਨੁੱਖੀ ਕਾਰਜਾਂ ਨੂੰ ਸਫਲ ਕਰਦੇ ਹੋਏ ਮਨੁੱਖੀ ਜਾਮੇ ਨੂੰ ਵੀ ਸਫਲ ਕਰਾਈਏ। ਇੱਕ ਵਾਰੀ ਸਭ ਸਮੇਂ ਦੇ ਮਾਲਕ ਨੂੰ ਯਾਦ ਕਰੀਏ, ਸਭ ਆਖੋ, ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਦੇ ਨਾਲ ਆਪ ਸਭ ਇੱਥੇ ਹਫ਼ਤਾਵਾਰੀ ਸਮਾਗਮ ਵਿੱਚ ਸਤਸੰਗ ਦੇ ਰੂਪ ਵਿੱਚ ਇਕੱਠੇ ਹੋਏ ਹੋ। ਬੜਾ ਉੱਚਾ ਅਤੇ ਸੁੱਚਾ ਕਰਮ ਧਰਮ ਦੱਸਿਆ ਗਿਆ, ਜਿਹੜਾ ਇਨਸਾਨ, ਜਿਹੜਾ ਮਨੁੱਖ ਇੱਥੋਂ ਤੱਕ ਪਹੁੰਚਦਾ, ਵੱਡੇ ਭਾਗ ਉਹਨਾਂ ਦੇ ਦੱਸੇ ਗਏ ਨੇ। ਇਸ ਮਨੁੱਖੀ ਜਾਮੇ ਵਿੱਚ ਵੇਖਿਆ ਜਾਵੇ ਤੇ ਕਿਸੇ ਕੋਲ ਸਮਾਂ ਹੀ ਹੈ ਨਹੀਂ ਇਹਨਾਂ ਕਾਰਜਾਂ ਤੱਕ ਪਹੁੰਚਣ ਵਾਸਤੇ। ਸੰਸਾਰਿਕ ਰੁਝੇਵਿਆਂ ਵਿੱਚ ਹੀ ਇੰਨਾ ਸਮਾਂ ਕੱਢ ਦਿੰਦੇ ਨੇ ਕਿ ਇੱਥੋਂ ਤੱਕ ਪਹੁੰਚਣਾ ਬੜਾ ਔਖਾ ਹੋ ਜਾਂਦਾ। ਸੋ ਆਪ ਬੜੇ ਵੱਡੇ ਭਾਗਾਂ ਵਾਲੇ ਹੋ, ਆਣ ਕੇ ਸਤਸੰਗ ਦੇ ਰੂਪ ਵਿੱਚ ਇੱਥੇ ਬੈਠ ਕੇ ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਹੁਕਮ ਅਨੁਸਾਰ ਨਾਮ ਸਿਮਰਨ ਕਰਨ ਡਏ ਹਾਂ। ਕਥਾ ਕੀਰਤਨ ਹੋਣ ਡਿਆ, ਗੁਰੂ ਦਾ ਹਰ ਜਸ ਹੋਣ ਡਿਆ, ਬਹੁਤ ਗੁਰਸਿੱਖੀ ਸਮਾਜ ਦੇ ਵਿੱਚ, ਗੁਰਮਤ ਸਮਾਜ ਦੇ ਵਿੱਚ ਬੜਾ ਉੱਚਾ ਅਤੇ ਸੁੱਚਾ ਧਰਮ ਕਰਮ ਦੱਸਿਆ ਗਿਆ ਹੈ। ਸੋ ਆਪ ਸਭ ਨੇ ਜਿੰਨੀ ਦੇਰ ਤੱਕ ਇਸ
स्थान ते सत्संग दे रूप विच बैठना है। मन हिरदे विच उस अकाल पुरख दी मूर्त नूं वसा के रसना नाल नाम सिमरन करना है ते करना ना ही गुरु दा हर जस सुनना है। इहदे नाल ही साडा जिहड़ा ये मनुखी जन्म है वह सफल होना है। हुणे अज सतगुरु दे सिंह सच्चे पातशाह ने बड़ी कृपा की थी, सारी साध संगत नूं दर्शन दिते ने। संगतां ने भी हुम हुमा के दर्शन उत्थे कीते ने ते दर्शनां दी बाबत गुरबाणी च बहुत कुछ लिखिया दा वी जिन्हां ने दर्शन कीते ने सतगुर दे उन्हां नूं की स्टेज की प्राप्ति हुंदी है, कित्थों तक उह पहुंचदे ने। भाई गुरदास जी को पूछ लें, आते ने कहते ने बलिहारी तिना गुर सिखा, कहते ने बलिहारी तिना गुर सिखा जाए जिन्ना गुर दर्शन डिठा। जेड़े भी गुरमुख प्यारे ने सतगुर का दर्शन किया जाके भाई गुरदास जी बलिहारी जाते ने उन्हों को। क्यों जाते ने बलिहारी? क्योंकि सतगुर का दर्शन करके एक होर जगह महाराज गुरबाणी चाहते ने कहते ने सगल पदार्थ तिस मिला जिन गुर डिठा जाए। गुरबाणी च दर्शनों की बाबत बहुत कुछ लिखा सतगुरों के दर्शनों की बाबत। सो भाई गुरदास जी आते ने कहते ने भी जिन्हें गुरमुख प्यार ने जिन्हें गुरसिखा ने जाके सतगुर का दर्शन किया उन्हों अथाह सुख प्राप्त होंगे ने उन्होंने समय के, क्योंकि सतगुर जड़ा है वो मनुखी जामे नूं सफल करन वास्ते इस संसार दे विच आया। गऊ ते गरीब का कष्ट दूर करन वास्ते आया ते धर्म का प्रसार करन वास्ते आया, ताकि उन्हां दे गुरसिखां नूं किसी प्रकार का दुख ना लगे। सो सतगुर का दर्शन करके गुरसिख फिर जिहड़ा वो धन हुंदा वेख्या गया इन्हां समयां दे विच। इसे बाबत गुरु अमरदास सच्चे पातशाह अपने शब्द विच लिखदे ने, ओ मना तू सतगुर दे भाणे दी रजा दे विच रहण दी जाच सिख। जे दुनिया दे सुख लैणे ने, जे मनुखी जन्म सफला करना तां फिर सतगुर दे भाणे विच रहण दी रजा दे विच सिख। इहदे विच जदों तू अपना जीवन गुजारेगा तां फिर अथाह सुख प्राप्त होणगे, सतगुर दीआं खुशियां प्राप्त होणगीआं। हुण भाणा किहनूं मन्निआ सी इहदे बाबत भी बहुत कुछ लिखिआ है। भई भाणा जिहड़ा जे हुकम है, जे रजा है, जे उहदी इच्छा है, उसनों भाणा आख्या गया। उहदी रजा दे विच रह के जे गुरसिख ने जीवन बिताया तो फिर वो जीवन सफल हुंदा वेख्या गया। उहदे हुक्म च रह के जिन्हां ने जीवन बिताया उन्हां जीवनां नूं भी सफल हुंदा वेख्या गया संसार दे विच। इसे बाबत सतगुरु अमरदास जी आंदे ने कहिंदे ने मन मेरे सतगुर के पाणा है चल, जे संसार दे विच अपना ना कमाउणा तां फिर सतगुर दे हुकम दे विच रह के ही तेरा इत्थे जीवन सफल हो सकदा है। फिर कहिंदे ने भई सो सिख सखा बंधप है भाई जो गुर के पाणे विच आवै। जेड़े भी गुरु दे पाणे विच आउंदे ने महाराज गुरबाणी च आंदे ने भई उही सिख है, उही मेरा मित्र है, उही मेरा रिश्तेदार है ते उही मेरा भरा है। भाव सतगुर दे हुक्म दे विच रह के सतगुर दे भाणे नूं मन के जिन्हां ने भी जीवन सफला कीता इस तरह दे बड़ा इतिहासां च भरिया पिया, बड़े गुरसिखां दे जीवन वेखण च आउंदे ने। आओ एक छोटा जिहा प्रमाण लै के अगे चलने आ। सतगुरु जिहड़ा
ਜਦੋਂ ਦਰਸ਼ਨ ਇਨਸਾਨ ਕਰ ਲੈਂਦਾ ਤਾਂ ਫਿਰ ਹਨੇਰਾ ਦੂਰ ਹੋ ਜਾਂਦਾ ਮਨੁੱਖ ਦਾ। ਜਦੋਂ ਹਨੇਰਾ ਦੂਰ ਹੋ ਜਾਂਦੇ ਨੇ ਫਿਰ ਗਿਆਨ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਸਤਿਗੁਰੂ ਨੂੰ ਮਿਲ ਕੇ, ਫਿਰ ਸੋਝੀ ਆ ਜਾਂਦੀ ਹੈ। ਇਸ ਬਾਬਤ ਬੜਾ ਕੁਝ ਗੁਰਬਾਣੀ 'ਚ ਲਿਖਿਆ ਵੀ ਸਤਿਗੁਰੂ ਦਾ ਦਰਸ਼ਨ ਕਰਕੇ ਜਾਂ ਸਤਿਗੁਰੂ ਦੇ ਭਾਣੇ 'ਚ ਚੱਲ ਕੇ। ਇਸ ਬਾਬਤ ਗੁਰਬਾਣੀ ਚੰਦ ਨੇ ਕਹਿੰਦੇ ਨੇ ਵੀ ਗੁਰਬਿਣ ਕੋਰ ਅੰਧਾਰ, ਗੁਰੂ ਬਿਣ ਸਮਝ ਨਾ ਆਵੇ। ਜਿੰਨੀ ਦੇਰ ਗੁਰੂ ਦੀ ਸੰਗਤ ਨਹੀਂ ਕਰਾਂਗੇ ਹਨੇਰੇ ਵਿੱਚ ਹੀ ਪਏ ਰਵਾਂਗੇ, ਉਹ ਸੁੱਖ ਪ੍ਰਾਪਤ ਨਹੀਂ ਹੋ ਸਕਦੇ ਤੇ ਸੋਝੀ ਨਹੀਂ ਆ ਸਕਦੀ ਤੇ ਗਿਆਨ ਕਿੱਥੋਂ ਆਵੇਗਾ। ਆਂਦੇ ਨੇ ਵੀ ਗੁਰਬਿਣ ਕੋਰ ਅੰਧਾਰ, ਗੁਰਬਿਣ ਗੁਰੂ ਬਿਣ ਸਮਝ ਨਾ ਆਵੇ, ਗੁਰਬਿਣ ਸੁਰਤ ਨਾ ਸਿੱਧ, ਗੁਰੂ ਬਿਣ ਮੁਕਤ ਨਾ ਪਾਵੇ। ਸਾਰਾ ਸੰਸਾਰ ਮੁਕਤੀ ਵਾਸਤੇ ਭੱਜਿਆ ਫਿਰਦਾ ਪਰ ਮੁਕਤੀ ਕਿੱਥੋਂ ਮਿਲਣੀ ਹੈ? ਇਹ ਗੁਰੂ ਕੋਲੋਂ ਮਿਲਣੀ ਹੈ। ਗਿਆਨ ਗੁਰੂ ਕੋਲੋਂ ਮਿਲਣਾ, ਸੋਝੀ ਗੁਰੂ ਕੋਲੋਂ ਮਿਲਣੀ ਹੈ। ਇਸ ਬਾਬਤ ਹੋਰ ਵੀ ਗੁਰਬਾਣੀ 'ਚ ਬੜੇ ਪਾਠ ਲਿਖੇ ਨੇ, ਆਉਂਦੇ ਨੇ ਵੀ ਗਿਆਨ ਅੰਜਣ ਗੁਰਦਿਆ, ਕਹਿੰਦੇ ਨੇ ਗਿਆਨ ਅੰਜਣ ਗੁਰਦਿਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਕਿੰਨਾ ਕੁਛ ਵੇਖੋ ਗੁਰਬਾਣੀ 'ਚ ਲਿਖਿਆ ਸਤਿਗੁਰ ਦੀ ਬਾਬਤ। ਫਿਰ ਅੱਗੇ ਆਉਂਦੇ ਨੇ ਪਾਈ ਰੇ ਗੁਰਬਿਣ ਗਿਆਨ ਨਾ ਹੋਏ, ਕਹਿੰਦੇ ਨੇ ਪਾਈ ਰੇ ਗੁਰਬਿਣ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦਾ, ਵੇਦ ਵਿਆਸਾ ਕੋਏ। ਸੋ ਕਹਿਣ ਦਾ ਭਾਵ ਗੁਰਬਾਣੀ 'ਚ ਇਸ ਬਾਬਤ ਬਹੁਤ ਕੁਛ ਲਿਖਿਆ ਹੈ ਕਿ ਜੋ ਗੁਰੂ ਅਮਰਦਾਸ ਜੀ ਆਉਂਦੇ ਨੇ ਵੀ ਮਨ ਮੇਰੇ ਸਤਿਗੁਰ ਕਾ ਭਾਣਾ ਚੱਲ, ਜੇ ਸੁੱਖ ਲੈਣਾ ਹੀ ਸੰਸਾਰ 'ਚ, ਜੇ ਇਹ ਜਨਮ ਸਫਲਾ ਕਰਨਾ ਸੰਸਾਰ ਦੇ ਵਿੱਚ, ਤਾਂ ਫਿਰ ਗੁਰੂ ਦੀ ਸ਼ਰਨ 'ਚ ਆ ਕੇ ਉਹਦੇ ਹੁਕਮ ਅਨੁਸਾਰ, ਉਹਦੀ ਰਜ਼ਾ ਅਨੁਸਾਰ, ਉਹਦੀ ਇੱਛਾ ਅਨੁਸਾਰ ਆਪਣਾ ਜੀਵਨ ਬਤੀਤ ਕਰ ਲੈ। ਇਹ ਮੰਨ ਲੈ ਵੀ ਜੋ ਸਤਿਗੁਰ ਕਰਦਾ ਉਹ ਚੰਗਾ ਹੀ ਕਰਦਾ, ਜੋ ਸਤਿਗੁਰ ਕਰੇਗਾ ਉਹ ਚੰਗਾ ਹੀ ਕਰੇਗਾ। ਜੇ ਇੱਥੋਂ ਤੱਕ ਤੂੰ ਪਹੁੰਚ ਜਾਵੇਂਗਾ ਤੇ ਫਿਰ ਉਹ ਗੁਰਬਾਣੀ 'ਚ ਜਿਹੜੇ ਸਤਿਗੁਰ ਜੀ ਆਉਂਦੇ ਨੇ ਨਾ, ਮਨ ਮੇਰੇ ਸਤਿਗੁਰ ਕਾ ਪਾਣਾ ਚੱਲ, ਮਨ ਰਹਿ ਕੇ ਉਹਦੀ ਰਜ਼ਾ ਦੇ ਵਿੱਚ, ਉਹਦੀ ਇੱਛਾ ਅਨੁਸਾਰ, ਉਹਦੇ ਹੁਕਮ ਦੇ ਵਿੱਚ ਰਹਿ ਕੇ ਜੀਵਨ ਬਿਤਾਇਆ, ਐਸੇ ਗੁਰਸਿੱਖਾਂ ਦੇ ਬੜੇ ਪ੍ਰਮਾਣ ਨੇ ਇਤਿਹਾਸ ਵਿੱਚ। ਇੱਕ ਵਾਰੀ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਅੱਜ ਚਮਕੌਰ ਸਾਹਿਬ ਦੇ ਕੋਲ ਪਿੰਡ ਸੰਧਵਾ, ਜ਼ਿਲ੍ਹਾ ਰੂਪਨਗਰ ਪੰਜਾਬ ਦੇ ਵਿੱਚ, ਉੱਥੋਂ ਦਾ ਇੱਕ ਖੜਗ ਸਿੰਘ ਰਵਿਦਾਸੀਆ ਸਿੱਖ ਸੀ।
ਸੁਭਾਅ ਦਾ ਬੜਾ ਗੁਰਮੁਖੀ ਸੀ, ਸਾਧੂ ਸੁਭਾਅ ਸੀ ਉਹਦਾ। ਬੜੇ ਉਹਨੇ ਵੇਦ ਸ਼ਾਸਤਰ ਪੜ੍ਹੇ ਸਨ। ਕਾਹਦੇ ਵਾਸਤੇ? ਬਈ ਜਿਹੜਾ ਅਵਤਾਰ ਦਾ ਰੂਪ ਹੁੰਦਾ ਉਹ ਕਿਸ ਤਰ੍ਹਾਂ ਦਾ ਹੁੰਦਾ, ਅਵਤਾਰ ਦੇ ਲੱਛਣ ਕਿਸ ਤਰ੍ਹਾਂ ਦੇ ਹੁੰਦੇ ਨੇ, ਕੈਸਾ ਹੁੰਦਾ ਅਵਤਾਰ, ਇਸ ਬਾਬਤ ਉਹਨੇ ਬੜਾ ਕੁਝ ਵੇਦ ਗ੍ਰੰਥਾਂ ਤੇ ਕਿਤਾਬਾਂ ਵਿੱਚ ਪੜ੍ਹਿਆ ਸੀ। ਬੜਾ ਗਿਆਨੀ ਸੀ ਆਪਣੇ ਵੱਲੋਂ, ਪਰ ਨੀਲੇ ਤੇ ਕਾਲੇ ਕੱਪੜੇ ਪਾਉਂਦਾ ਹੁੰਦਾ ਸੀ ਉਹਨਾਂ ਸਮਿਆਂ ਦੇ ਵਿੱਚ। ਇੱਕ ਵਾਰੀ ਇਹਨੂੰ ਪਤਾ ਲੱਗਾ ਬਈ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਨਵਾਂ ਰਹਿਬਰ ਆਇਆ, ਕੋਈ ਨਵਾਂ ਪੈਗੰਬਰ ਆਇਆ, ਕੋਈ ਨਵਾਂ ਅਵਤਾਰ ਆਇਆ, ਕੋਈ ਨਵਾਂ ਗੁਰੂ ਆਇਆ, ਅਤੇ ਬੜੀ ਹੁੰਮ ਹੁਮਾ ਕੇ ਸੰਗਤਾਂ ਜਿਹੜੀਆਂ ਨੇ ਉੱਥੇ ਪਹੁੰਚ ਰਹੀਆਂ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੇ ਸਮੇਂ ਦੇ ਵਿੱਚ 6 ਹੋਲੇ ਕੀਤੇ ਸਨ। 1923 ਬਿਕਰਮੀ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਹੋਲਾ, ਉਸ ਬਾਬਤ ਮੈਂ ਕੁਝ ਅਰਜ ਕਰਨ ਲੱਗਾ। ਸੰਗਤਾਂ ਬੜੀਆਂ ਹੁੰਮ ਹੁਮਾ ਕੇ ਅਨੰਦਪੁਰ ਸਾਹਿਬ 'ਚ ਪਹੁੰਚੀਆਂ ਨੇ, ਅਤੇ ਇਸ ਰਵਿਦਾਸ ਜੀ ਸਿੱਖ ਖੜਗ ਸਿੰਘ ਨੂੰ ਵੀ ਪਤਾ ਲੱਗਾ ਬਈ ਬੜੀ ਹੁੰਮ ਹੁਮਾ ਕੇ ਸੰਗਤ ਉੱਥੇ ਪਹੁੰਚਣ ਡਈ ਹੈ, ਕੋਈ ਨਵਾਂ ਗੁਰੂ, ਕੋਈ ਨਵਾਂ ਰਹਿਬਰ, ਕੋਈ ਨਵਾਂ ਪੈਗੰਬਰ ਇੱਥੇ ਆਇਆ, ਅਤੇ ਚੱਲ ਕੇ ਮੈਨੂੰ ਵੀ ਵੇਖਣਾ ਚਾਹੀਦਾ, ਦਰਸ਼ਨ ਕਰਨੇ ਚਾਹੀਦੇ ਨੇ ਬਈ ਕੈਸਾ ਹੈ ਉਹ, ਕਿਉਂਕਿ ਇਹਨੇ ਇਸ ਬਾਬਤ ਬੜੀਆਂ ਪੁਸਤਕਾਂ ਪੜ੍ਹੀਆਂ ਸਨ। ਮਨ ਬਣਾ ਕੇ ਤਾਂ ਫਿਰ ਤੁਰ ਪੈਂਦਾ ਅਨੰਦਪੁਰ ਸਾਹਿਬ ਵੱਲ, ਕੇਸਗੜ੍ਹ ਜਾ ਕੇ ਫਿਰ ਦਰਸ਼ਨ ਕਰਦਾ ਵੀ ਬੜੀ ਹੁੰਮ ਹੁਮਾ ਕੇ ਉੱਥੇ ਸੰਗਤ ਜਦੋਂ ਵੇਖਦਾ ਨਾ, ਇਹ ਡਾਰਾਂ ਦੀਆਂ ਡਾਰਾਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਉੱਥੇ ਆ ਰਹੀਆਂ ਨੇ, ਅਤੇ ਬੜਾ ਫਿਰ ਮਨ ਵਿੱਚ ਸਵਾਲ ਪੈਦਾ ਹੁੰਦੇ ਨੇ ਵੀ ਕੈਸਾ ਹੈ ਇਹ ਪੈਗੰਬਰ, ਕੈਸਾ ਇਹ ਅਵਤਾਰ, ਬਈ ਜਿਹਦੇ ਦਰਸ਼ਨਾਂ ਵਾਸਤੇ ਇੰਨਾ ਰਸ਼, ਇੰਨਾ ਸੰਗਤ ਇਕੱਠੀ ਹੋਈ ਹੈ। ਮਨ 'ਚ ਸੋਚਦਾ ਅਤੇ ਫਿਰ ਆਵਾਜ਼ ਆਉਂਦੀ ਹੈ ਹੰਸਾਂ ਦੀਆਂ ਡਾਰਾਂ ਨੇ ਜਿਨ੍ਹਾਂ ਦਾ ਗੁਰੂ ਰਾਮ ਸਿੰਘ ਵਾਲੀ, ਹੰਸਾਂ ਦੀਆਂ ਡਾਰਾਂ ਨੇ ਜਿਨ੍ਹਾਂ ਦਾ ਗੁਰੂ ਰਾਮ ਸਿੰਘ ਵਾਲੀ, ਹੰਸਾਂ ਦੀਆਂ ਡਾਰਾਂ ਨੇ ਜਿਨ੍ਹਾਂ ਦਾ ਗੁਰੂ ਰਾਮ ਸਿੰਘ ਵਾਲੀ, ਬਈ ਕੈਸਾ ਹੈ ਅਵਤਾਰ, ਕੈਸਾ ਹੈ ਪੈਗੰਬਰ, ਜਰਾ ਮੈਂ ਚੱਲ ਕੇ ਵੇਖਾਂ ਤੇ ਸਹੀ ਗਾਂ ਹੋ ਕੇ। ਪਰ ਭੀੜ ਇੰਨੀ ਸੀ, ਦਰਸ਼ਨ ਜਿਹੜਾ ਉਹ ਦੂਰੋਂ ਦੂਰੋਂ ਹੀ ਹੋ ਸਕਿਆ, ਗਾਂ ਹੋ ਕੇ ਦਰਸ਼ਨ ਨਹੀਂ ਕਰ ਸਕਿਆ। ਹੁਣ ਮਨ ਵਿੱਚ ਬੜੀ ਖਿੱਚ ਸੀ, ਕਿਉਂਕਿ ਜਿਸ ਤਰ੍ਹਾਂ ਦਾ ਇਹਨਾਂ ਨੇ ਦਰਸ਼ਨ ਕੀਤਾ ਸੀ, ਇਹਨੂੰ ਹੂਬ ਹੂ ਉਸੇ ਤਰ੍ਹਾਂ ਅਵਤਾਰ ਨਜ਼ਰ ਆਉਂਦਿਆ ਸੀ ਜਿਸ ਤਰ੍ਹਾਂ ਦਾ ਇਹਨੇ ਪੜ੍ਹਿਆ ਹੋਇਆ ਸੀ।
जिस तरह का इन्हें वेदां शास्त्रां दे विच अवतार दे लक्षण अवतार दा रूप कैसा है अवतार उस दे बाबत पढ़िया सी उस तरह ही इन्हू नज़र आया उत्थे पर गां जाण दा मौका नहीं मिलिया। आ गया वापस हुण दर्शन नहीं गां होके हो सके पर मन च जिहड़ी ओह खिच बन गई है भई दर्शन जरूर करने ने जिन्हां नूं लगे प्रेम तमाचे सतगुरु जगजीत सिंह दे उपदेशां चाहुंदा भई जिन्हां नूं भी दर्शनां दी खिच पई है उन्हां दा फिर इस तरह का हाल होया। आंदे ने जिन्हां नूं लगे प्रेम तमाचे घर दे कमों गईयां खाना पीना विसर गया ते खूह विच पईयां रहियां इहो जिहा फिर उन्हां दा हाल बणिया। इहनूं बड़ी लड़क पै गई भी मैं ये जिहड़ा पैगंबर ये जिहड़ा अवतार है इहदे दर्शन करने ने इह कित्थों आया इहदा पता करना मैं। चलो जी इहने पता करना शुरू कर दिता इहनूं पता लगा भी इह जिहड़े सतगुरु आए सन ये श्री भैणी साहब तो आए सन। जदों इन्ना पता लगा तो फिर हुण मन बनना शुरू हो गया खिच पई हुई सी भी दर्शन करने जाके क्योंकि जिस तरह का इनू ज्ञान सी हूबहू उस तरह का ही अवतार नजर आउंदा सी। आंदा फिर सतगुरु जी तेरे दीदार आंदी लोड़ है सतगुरु जी तेरे ते तुर पैंदा भैणी साहब वल भी सतगुरां दे दर्शन करने ने। करदा करदा तुरदा तुरदा उत्थों तक पहुंच जांदा जाके फिर पुछदा उत्थे भैणी साहब पहुंचदा भई सतगुरां दे दर्शन उस अवतार दे दर्शन कदों होणगे किस तरह होणगे ਕਿਹੜੇ ਵੇਲੇ ਹੋਣਗੇ ਤਾਂ ਕਿਸੇ ਗੁਰਸਿੱਖ ਤੋਂ ਪਤਾ ਲੱਗਦਾ ਬਈ ਉਹ ਤਾਂ ਦਰਸ਼ਨ ਦੇਣ ਦੇ ਨੇ ਦੀਵਾਨ ਸੱਜਿਆ ਹੋਇਆ ਜਾ ਕੇ ਤੇ ਦਰਸ਼ਨ ਕਰ ਲਓ। ਬੜਾ ਖੁਸ਼ ਹੁੰਦਾ ਕਿਉਂਕਿ ਜਿਸ ਤਰ੍ਹਾਂ ਉਹਨੇ ਸੋਚਿਆ ਸੀ ਵੀ ਬੜਾ ਔਖਾ ਹੋ ਜਾਣਾ ਦਰਸ਼ਨ ਕਰਨਾ ਪਰ ਇੱਥੇ ਤਾਂ ਕੰਮ ਬਹੁਤ ਹੀ ਸੌਖਾ ਬਣ ਗਿਆ। ਚਲੇ ਜਾਂਦਾ ਜਾ ਕੇ ਭੈਣੀ ਸਾਹਿਬ ਦੇ ਅੰਦਰ ਜਿੱਥੇ ਦੀਵਾਨ ਸੱਜਿਆ ਹੁੰਦਾ ਹੈ ਜਾ ਕੇ ਤੇ ਉੱਥੇ ਪਹੁੰਚ ਜਾਂਦਾ ਨਮਸਕਾਰ ਕਰਨ ਵਾਸਤੇ। ਜਾ ਕੇ ਜਦੋਂ ਨਮਸਕਾਰ ਕਰਦਾ ਹੈ ਸਤਿਗੁਰਾਂ ਨੂੰ ਤਾਂ ਫਿਰ ਉਹ ਨੂਰਾਨੀ ਚਿਹਰਾ ਉਹ ਭਗਤਾ ਪ੍ਰਤਾਪ ਜਦੋਂ ਵਹਿੰਦਾ ਹੈ ਨਾ ਫਿਰ ਆਉਂਦਾ ਉੱਥੇ ਕਹਿੰਦਾ ਉਹ ਜੀ ਮੈਂ ਆਇਆ ਤੇਰੇ ਦਰ ਤੇ ਮੈਨੂੰ ਗੁਰਸਿੱਖ ਬਖਸ਼ I'm not afraid of the dark.
ਕੇ ਜਦੋਂ ਦਰਸ਼ਨ ਕਰਦਾ ਤੇ ਫਿਰ ਸ਼ੁੱਧ ਕਿਨਾ ਬੁੱਧ ਰਹੀ ਤੇ ਬੁੱਧ ਕਿਨਾ ਬੁੱਧ ਰਹੀ ਮਤ ਮੇ ਨਾ ਮਤ ਹੈ ਇਸ ਤਰ੍ਹਾਂ ਦਾ ਹਾਲਾਤ ਬਣ ਗਿਆ ਫੇਰੇ ਦਾ ਕਿਉਂਕਿ ਨੂਰੀ ਅਵਤਾਰ ਆਇਆ ਸੀ ਨਾ ਉਹਦਾ ਜਲਾਲ ਫਿਰ ਇਹਦੇ ਕੋਲ ਚੱਲਿਆ ਨਹੀਂ ਗਿਆ ਗਲ ਵਿੱਚ ਪੱਲਾ ਪਾ ਕੇ ਤੇ ਸਾਹਮਣੇ ਖੜਾ ਹੋ ਗਿਆ ਆਂਦਾ ਵੀ ਮੈਨੂੰ ਵੀ ਆਪਣਾ ਗੁਰਸਿੱਖ ਬਣਾ ਲਓ ਤੇ ਮੈਨੂੰ ਵੀ ਨਾਮ ਦੀ ਦਾਤ ਦਿਓ ਮੈਂ ਜਿਸ ਤਰ੍ਹਾਂ ਦਾ ਪੁਸਤਕਾਂ ਵਿੱਚ ਪੜ੍ਹਿਆ ਸੀ ਬਈ ਅਵਤਾਰ ਐਸਾ ਹੁੰਦਾ ਉਹਦਾ ਰੂਪ ਐਸਾ ਹੁੰਦਾ ਉਹਦੇ ਲੱਛਣ ਐਸੇ ਹੁੰਦੇ ਨੇ ਤਾਂ ਮੈਨੂੰ ਬਿਲਕੁਲ ਹੂ ਬਹੂ ਉਸੇ ਤਰ੍ਹਾਂ ਦਾ ਅਵਤਾਰ ਨਜ਼ਰ ਆਉਂਦਿਆ ਤੁਹਾਡੇ ਵਿੱਚੋਂ ਹੀ ਮੈਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਅਵਤਾਰ ਹੁੰਦਿਆ ਤੁਹਾਡੇ ਵਿੱਚੋਂ ਹੀ ਮੈਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਅਵਤਾਰ ਹੁੰਦਿਆ ਤੇ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਦਿਓ ਆਪਣਾ ਗੁਰਸਿੱਖ ਬਣਾ ਲਓ ਸਤਿਗੁਰਾਂ ਆਖਿਆ ਵੀ ਗੁਰਸਿੱਖ ਤੇ ਤੈਨੂੰ ਬਣਾ ਲਾਂਗੇ ਪਰ ਤੈਨੂੰ ਬਹੁਤ ਕੁਝ ਬਦਲਣਾ ਪੈਣਾ ਕਿਉਂਕਿ ਇਹ ਕਾਲੇ ਨੀਲੇ ਕੱਪੜਿਆਂ ਵਿੱਚ ਸੀ ਉਹਨਾਂ ਸਮਿਆਂ ਦੇ ਵਿੱਚ ਕਹਿੰਦਾ ਜੀ ਜਿਸ ਤਰ੍ਹਾਂ ਦਾ ਹੁਕਮ ਕਰੋਗੇ ਮੈਂ ਮੰਨ ਲਾਂਗਾ ਪਰ ਮੈਨੂੰ ਆਪਣਾ ਗੁਰਸਿੱਖ ਬਣਾ ਲਓ ਸਤਿਗੁਰ ਆਖਿਆ ਚੰਗਾ ਫਿਰ ਆ ਕਾਲੇ ਨੀਲੇ ਜਿਹੜੇ ਕੱਪੜੇ ਪਾਏ ਨੀ ਨਾ ਇਹ ਲਾ ਦੇ ਫਿਰ ਆਹ ਜਿਹੜੀ ਕਾਲੀ ਪੱਗ ਬੰਨੀ ਹੈ ਨਾ ਇਹਨੂੰ ਵੀ ਲਾ ਦੇ ਦੋ ਮਿੰਟ ਸੋਚਾਂ ਚ ਪੈ ਗਿਆ ਕਹਿੰਦਾ ਵੀ ਮੈਂ ਆਹ ਕੱਪੜੇ ਤੇ ਕਾਲੇ ਨੀਲੇ ਬਦਲ ਦਿਆਂਗਾ ਪਰ ਮੈਂ ਪੱਗ ਨਹੀਂ ਬਦਲਣੀ ਕਾਲੀ ਸਤਿਗੁਰਾਂ ਫਿਰ ਆਖਿਆ ਬਈ ਆਹ ਸਾਰੇ ਕੱਪੜੇ ਬਦਲੇਗਾ ਤੇ ਤਾਂ ਤੈਨੂੰ ਗੁਰਸਿੱਖ ਬਣਾਵਾਂਗੇ ਤਾਂ ਫਿਰ ਤੈਨੂੰ ਨਾਮ ਦੀ ਦਾਤ ਦੇਵਾਂਗੇ ਫਿਰ ਉਹੀ ਜਵਾਬ ਕਹਿੰਦਾ ਵੀ ਮੈਂ ਕੱਪੜੇ ਤੇ ਬਦਲ ਲਾਂਗਾ ਪਰ ਮੈਂ ਕਾਲੀ ਪੱਗ ਨਹੀਂ ਲਗਣੀ ਇਹ ਨਹੀਂ ਲਾਉਣੀ ਮੈਂ ਸਤਿਗੁਰਾਂ ਪੁੱਛਿਆ ਵੀ ਕਿਉਂ ਨਹੀਂ ਲਾਉਣੀ ਨਾਲੇ ਤੂੰ ਆਹਨਾ ਵੀ ਮੈਨੂੰ ਆਪਣਾ ਗੁਰਸਿੱਖ ਬਣਾ ਲਓ ਭਗਤ ਬਣਾ ਲਓ ਨਾਮ ਦੀ ਦਾਤ ਦੇਵੋ ਕਹਿੰਦਾ ਜੀ ਇਹ ਕੱਪੜੇ ਤਾਂ ਮੈਂ ਬਦਲ ਲਾਂਗਾ ਇਹ ਪੱਗ ਜਿਹੜੀ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਦੀ ਹੈ ਉਹ ਨਹੀਂ ਮੈਂ ਬਦਲ ਸਕਦਾ ਉਹ ਮੈਂ ਇਹੋ ਹੀ ਰੱਖਣੀ ਹੈ ਸਤਿਗੁਰੂ ਜੀ ਵੀ ਉਹਦਾ ਜਵਾਬ ਸੁਣ ਕੇ ਤੇ ਬੜੇ ਹੈਰਾਨ ਹੋਏ ਨੇ ਆਉਂਦੇ ਨੇ ਵੀ ਇੱਕ ਪਾਸੇ 'ਚ ਤੂੰ ਆਉਂਦਾ ਮੈਨੂੰ ਤੁਹਾਡੇ 'ਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਹੋ ਗਿਆ ਨਾਲੇ ਫਿਰ ਮੈਂ ਹੀ ਆਖਣ ਡਿਆ ਤੈਨੂੰ ਬਈ ਮੈਂ ਇਹ ਪੱਗ ਨਹੀਂ ਕਦੀ ਬੰਨਣੀ ਨਾ ਕਦੀ ਬੰਨੀ ਹੈ ਤੇ ਤੂੰ ਲਾ ਕੇ ਇਹਨੂੰ ਬਦਲ ਲੈ ਤੇ ਫਿਰ ਤੂੰ ਹੁਕਮ ਨਹੀਂ ਮੰਨਦਾ ਨਹੀਂ ਕਹਿੰਦਾ ਜੀ ਮੈਂ ਇਹ ਪੱਗ ਨਹੀਂ ਲਾਉਣੀ ਹੈਗੀ ਉਹ ਜੋ ਕਹੋਗੇ ਕਰ ਲਾਂਗੇ ਚਲੋ ਜੀ ਇੱਥੇ ਤਕਰਾਰ ਬਣ ਗਿਆ ਸਤਿਗੁਰੂ ਕਹਿੰਦੇ ਨੇ ਜਾ ਫਿਰ ਜਦੋਂ ਮਨ ਬਣੇਗਾ ਤੇ ਫਿਰ ਆ ਜਾਈ ਚਲਾ ਗਿਆ ਹੁਣ ਵਾਪਸ ਆ ਗਿਆ ਸ੍ਰੀ ਭੈਣੀ ਸਾਹਿਬ 'ਚ ਨਹੀਂ ਮੰਨੀ ਸਤਿਗੁਰਾਂ ਦੀ ਗੱਲ ਆਣ ਕੇ ਤੇ ਰਾਤ ਫਿਰ ਕਿਸੇ ਰਵਿਦਾਸੀਆਂ ਦੇ ਉੱਥੇ ਘਰ ਦੇ ਵਿੱਚ ਰਿਹਾ ਡੇਰਾ ਲਾਇਆ ਡੇਰਾ ਲਾਇਆ ਤੇ ਪਰ ਰਾਤ ਨੂੰ ਹੁਣ ਨੀਂਦ ਨਹੀਂ ਆਉਣ ਡਈ ਕਿਉਂਕਿ ਖਿੱਚ ਪਈ ਹੋਈ ਸੀ ਨਾ ਇੱਕ ਪਾਸੇ ਤੇ ਮਨ ਉਹਦਾ ਆਖਣ ਡਿਆ ਸੀ ਬਈ ਇਹਦੇ 'ਚ ਤੈਨੂੰ ਗੁਰੂ ਨਾਨਕ ਦੇਵ ਨਜ਼ਰ ਆਉਣ ਡਏ ਨੇ ਗੁਰੂ ਗੋਬਿੰਦ ਸਿੰਘ ਨਜ਼ਰ ਆਉਣ ਡਏ ਨੇ ਤਾਂ ਫਿਰ ਇਸੇ ਦੀ ਤੂੰ ਗੱਲ ਨਹੀਂ ਮੰਨਦਾ ਤੇ ਫਿਰ ਉਹ ਜਿਹੜੀਆਂ ਗੁਰੂ ਕੋਲੋਂ ਤੈਨੂੰ ਦਾਤਾਂ ਪ੍ਰਾਪਤ ਹੋਣੀਆਂ ਨੇ ਫਿਰ ਉਹ ਕਿਸ ਤਰ੍ਹਾਂ ਹੋਣਗੀਆਂ ਵੰਚਿਤ ਰਹਿ ਜਾਏਗਾ ਤੂੰ ਪਿੱਛੇ ਰਹਿ ਜਾਏਗਾ ਜੀਵਨ ਸਫਲ ਨਹੀਂ ਹੋਏਗਾ ਬੜਾ ਔਖਾ ਹੋ ਗਿਆ ਰਾਤ ਨਹੀਂ ਇਹਦੀ ਲੰਘਦੀ ਹੁਣ ਰਾਤ ਜਿਹੜੀ ਕਿਹਦੀ ਔਖੀ ਲੰਘਦੀ ਹੈ ਜਿਹਨੂੰ ਕਿਸੇ ਚੀਜ਼ ਦੀ ਲਗਨ ਲੱਗੀ ਹੋਵੇ ਨਾ ਕਿਸੇ ਦੇ ਨਾਲ ਪ੍ਰੇਮ ਪਿਆ ਹੋਵੇ ਜਾਂ ਕਿਸੇ ਦੀ ਯਾਦ ਆਉਂਦੀ ਹੋਵੇ ਤਾਂ ਫਿਰ ਉਹਦੀ ਰਾਤ ਜਿਹੜੀ ਔਖੀ ਲੰਘਣੀ ਹੋ ਜਾਂਦੀ ਹੈ ਉਸੇ ਤਰ੍ਹਾਂ ਹੀ ਇਹਦੀ ਵੀ ਜਿਹੜੀ ਹੁਣ ਸਤਿਗੁਰ ਦੇ ਨਾਲ ਉਹ ਪ੍ਰੀਤ ਬਣੀ ਸੀ ਲਗਨ ਲੱਗੀ ਸੀ ਰਾਤ ਇਹ ਸੌ ਨਹੀਂ ਸਕਿਆ ਕਰਮਟਾਂ ਹੀ ਬਦਲ ਰਿਹਾ ਬਹੁਤ ਔਖਾ ਹੋ ਗਿਆ ਰਾਤ ਕੱਢੀ ਇਹਨੇ ਤੋ ਮਹਾਰਾਜ ਆਉਂਦੇ ਨੇ ਰਹਿਣ ਨਾ ਜਾਗੇ ਕੋਏ ਲਗਨ
ਕਹਿੰਦਾ ਰਾਤ ਨੂੰ ਜਾਗਦਾ ਰਹਿੰਦਾ, ਕਹਿੰਦੇ ਨੇ ਬਈ ਰਹਿਣ ਨਾ ਜਾਗਿਆ ਕੋਈ ਲਗਨ ਬਿਨ। ਜਿਹਨੂੰ ਲਗਨ ਲੱਗੀ ਹੁੰਦੀ ਹੈ ਨਾ, ਚਾਹੇ ਉਹ ਸਜਣ ਦੀ ਲਗਨ ਹੋਏ, ਚਾਹੇ ਉਹ ਸਤਿਗੁਰ ਦੀ ਲਗਨ ਹੋਏ, ਚਾਹੇ ਕਿਸੇ ਪ੍ਰੇਮੀ ਦੀ ਲਗਨ ਹੋਏ, ਉਹ ਰਾਤ ਨੂੰ ਫਿਰ ਜਾਗ ਨਹੀਂ ਸਕਦਾ। ਕਿਹੜੇ ਕਿਹੜੇ ਨੇ ਹੁਣ ਜਿਹੜੇ ਰਾਤੀ ਜਾਗਦੇ ਨੇ, ਕਿਉਂਕਿ ਦੇਰ ਰਾਤ ਦਾ ਜਾਗਣਾ ਜਿਹੜਾ ਉਹ ਬੜਾ ਔਖਾ ਦੱਸਿਆ ਗਿਆ। ਕਹਿੰਦੇ ਨੇ ਜਾ ਕੋਈ ਜਾਗਦਾ ਏ ਚੋਰ ਚਕਾਰ ਰਾਤੀ, ਜਾ ਕੋਈ ਜਾਗਦਾ ਏ ਰੱਬ ਦੀ ਲਗਣ ਵਾਲਾ। ਆਹਦੇ ਨੇ ਜਾ ਕੋਈ ਜਾਗਦਾ ਏ ਚੋਰ ਚਕਾਰ ਰਾਤੀ, ਜਾ ਕੋਈ ਜਾਗਦਾ ਏ ਰੱਬ ਦੀ ਲਗਣ ਵਾਲਾ ਰਾਤੀ, ਜਾ ਕੋਈ ਜਾਗਦਾ ਪਹਿਰੇਦਾਰ ਰਾਤੀ। ਸਾਰਾ ਸੰਸਾਰ ਬੜੇ ਆਰਾਮ ਨਾਲ ਸੌਂਦਾ ਹੈ, ਪਰ ਇੱਕੋ ਜਾਗਦਾ ਹੈ ਪਰਵਰਦਿਗਾਰ ਰਾਤੀ। ਸਤਿਗੁਰੂ ਜਿਹੜਾ ਸਾਰੀ ਦੁਨੀਆਂ ਸੌਂਦੀ ਹੈ ਪਰ ਉਹ ਜਾਗਦਾ। ਮਹਾਰਾਜ ਆਉਂਦੇ ਨੇ ਗੁਰਬਾਣੀ 'ਚ ਕਹਿੰਦੇ ਨੇ ਵੀ ਭੋਲੀ ਮਾਲ ਨਹੀਂ ਹੈ ਇਹ, ਸਤਿਗੁਰ ਜਾਗਦਾ ਹੈ ਦਿਓ। ਸਤਿਗੁਰ ਇੱਕ ਐਸਾ ਸੰਸਾਰ ਵਿੱਚ ਮਹਾਨ ਹਸਤੀ ਮਹਾਨ ਸ਼ਖਸੀਅਤ ਦੱਸੀ ਗਈ ਹੈ ਬਈ ਜਿਹੜਾ ਜਾਗਦਾ ਹੀ ਰਹਿੰਦਾ ਹਮੇਸ਼ਾ, ਕਦੀ ਸੌਣ 'ਚ ਨਹੀਂ ਆਇਆ ਉਹ। ਸੋ ਇਹ ਜਿਹੜਾ ਖੜਗ ਸਿੰਘ ਬੜੀ ਔਖੀ ਇਹਨੇ ਰਾਤ ਕੱਢੀ, ਦਿਨ ਚੜਿਆ ਅਤੇ ਫਟਾਫਟ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅਤੇ ਫਿਰ ਦਰਬਾਰ ਦੇ ਵਿੱਚ ਪਹੁੰਚ ਗਿਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਵਾਸਤੇ। ਜਾਣ ਕੇ ਜਦੋਂ ਦਰਸ਼ਨ ਕਰਨ ਗਿਆ ਉਸ ਹਾਲ ਵਿੱਚ ਤੇ ਪਹਿਰੇਦਾਰਾਂ ਫਿਰ ਅੰਦਰ ਵੜਨ ਨਹੀਂ ਦਿੱਤਾ। ਆਂਦਾ ਵੀ ਕੱਲ ਵੀ ਤੇ ਤੂੰ ਆਇਆ ਸਹਿ ਤੇ ਤੈਨੂੰ ਹੁਕਮ ਕੀਤਾ ਸੀ ਤੇ ਤੂੰ ਮੰਨਦਾ ਨਹੀਂ ਸੀ ਪਿਆ, ਹੁਣ ਕੀ ਕਰਨ ਆਇਆ ਤੂੰ ਇੱਥੇ? ਬੜਾ ਔਖਾ ਹੋਇਆ ਮਨ ਬਈ ਮੈਨੂੰ ਕਿਉਂ ਨਹੀਂ ਦਰਸ਼ਨ ਕਰਨ ਦਿੰਦੇ। ਬੜੀਆਂ ਤਰਲੇ ਮਿੰਤਾਂ ਮਾਰੀਆਂ ਬਈ ਜਿਸ ਤਰ੍ਹਾਂ ਆਖਣ ਕਿ ਮੈਂ ਉਸੇ ਤਰ੍ਹਾਂ ਕਰ ਲਵਾਂਗਾ। ਤਾਂ ਫਿਰ ਪਹਿਰੇਦਾਰਾਂ ਨੇ ਜਾਣ ਦਿੱਤਾ, ਸਤਿਗੁਰਾਂ ਦੇ ਦਰਸ਼ਨ ਕੀਤੇ ਨੇ ਜਾ ਕੇ, ਫਿਰ ਦਰਸ਼ਨ ਜਦੋਂ ਕੀਤੇ ਨੇ ਜਾ ਕੇ ਤਾਂ ਫਿਰ ਉਹ ਹੀ ਫਿਰ ਗਲ 'ਚ ਪੱਲਾ ਪਾ ਕੇ ਤੇ ਬੇਨਤੀ ਕਰਦਾ ਵੀ ਮੈਨੂੰ ਆਪਣਾ ਗੁਰਸਿੱਖ ਬਣਾ ਲਓ, ਗੁਰ ਆਪ ਨਾਮ ਦੀ ਦਾਤ ਦਿਓ। ਮੇਰੀ ਉਹ ਕੱਲ ਵਾਲੀ ਅਰਜ਼ ਜਿਹੜੀ ਹੈ ਉਹ ਭੁੱਲਾਂ ਬਖਸ਼ਾ ਕੇ ਤੇ ਅੱਜ ਮਨਜ਼ੂਰ ਕਰ ਲਓ। ਸਤਿਗੁਰੂ ਆਖਿਆ ਵੀ ਤੇਰੀਆਂ ਜਿਹੜੀਆਂ ਉਹ ਕੱਲ ਵਾਲੀਆਂ ਗੱਲਾਂ ਤੇ ਅੱਜ ਵੀ ਉਹ ਹੀ ਨੇ, ਸਾਡੀ ਤੇ ਸ਼ਰਤ ਉਹ ਹੀ ਹੈ ਵੀ ਜੇ ਤੂੰ ਉਹ ਮੰਨ ਲਏਗਾ ਤਾਂ ਫਿਰ ਤੈਨੂੰ ਨਾਮ ਦੀ ਦਾਤ ਵੀ ਦੇ ਦਿਆਂਗੇ ਤੇ ਤੈਨੂੰ ਗੁਰਸਿੱਖ ਵੀ ਬਣਾ ਲਾਂਗੇ। ਮਨ ਹੁਣ ਇਹਨੂੰ ਅੰਦਰੋਂ ਬੜਾ ਝੰਜੋੜਦਾ ਬਈ ਅੱਜ ਨਾ ਕੋਈ ਤੂੰ ਕਿਸੇ ਤਰ੍ਹਾਂ ਦਾ ਕੋਈ ਵਿਘਨ ਪਾਈ, ਕਿਉਂਕਿ ਜੇ ਸਭ ਕੁਛ ਤੈਨੂੰ ਇਹਦੇ ਵਿੱਚ ਨਜ਼ਰ ਆਉਂਦਾ ਤਾਂ ਫਿਰ ਜਿਸ ਤਰ੍ਹਾਂ ਕਹਿੰਦੇ ਨੇ ਚੁੱਪ ਕਰਕੇ ਕਰ ਲੈ ਉਸ ਤਰ੍ਹਾਂ। ਹੱਥ ਜੋੜ ਕੇ ਆਉਂਦਾ ਬਈ ਚਲੋ ਤੁਹਾਡੀ ਮੰਨ ਲੈਂਦੇ ਹਾਂ, ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰ ਲੈਣਾ। ਸਤਿਗੁਰ ਆਖਿਆ ਚੰਗਾ ਫਿਰ ਆਹ ਜਿਹੜੇ ਕਾਲੇ ਨੀਲੇ ਕੱਪੜੇ ਪਾਏ ਨੇ ਇਹਨੂੰ ਲਾ ਦੇ, ਆਹ ਪੱਗ ਵੀ ਜਿਹੜੀ ਕਾਲੀ ਬੰਨੀ ਹੈ ਇਹਨੂੰ ਲਾ ਦੇ ਤੇ ਚਿੱਟੇ ਵਸਤਰ ਪਾ ਕੇ ਆ ਦੇ। ਉਸੇ ਤਰ੍ਹਾਂ ਫਿਰ ਕਰਦਾ ਹੁਕਮ ਮੰਨਦਾ ਹੋਇਆ ਤੇ ਫਿਰ ਆ ਗਿਆ ਫਿਰ ਦਰਬਾਰ ਦੇ ਵਿੱਚ। ਫਿਰ ਸਤਿਗੁਰਾਂ ਨੇ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਾਲਾ ਨਾਮ ਦਿੱਤਾ ਫਿਰ, ਜਿਹੜਾ 40 ਯੁਗ ਤਪੱਸਿਆ ਕਰਕੇ ਉਹਨਾਂ ਨੇ ਮਨੁੱਖ ਦੇ ਭਲੇ ਵਾਸਤੇ ਉਹਦੀ ਪ੍ਰਾਪਤੀ ਕੀਤੀ ਸੀ। ਉਹ ਜਦੋਂ ਫਿਰ ਨਾਮ ਅੰਦਰ ਗਿਆ ਤੇ ਫਿਰ ਆਉਂਦੇ ਨੇ ਨਾ ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਤਿਗੁਰ ਤੋਂ ਬਿਨਾਂ ਫਿਰ ਉਹ ਜਿਹੜੀ ਹਨੇਰਾ ਸੀ, ਉਹ ਜਿਹੜੀ ਸੋਝੀ ਨਹੀਂ ਸੀ ਦਿਮਾਗ ਦੇ ਵਿੱਚ, ਜਦੋਂ ਉਹ ਨਾਮਦਾਰ ਅੰਦਰ ਗਿਆ ਨਾ ਪ੍ਰਕਾਸ਼ ਤੇ ਫਿਰ ਹਨੇਰਾ ਦੂਰ ਹੋ ਗਿਆ ਉਹਨਾਂ ਸਮਿਆਂ ਦੇ ਵਿੱਚ।
ਬੜਾ ਮਸਤਾਨਾ ਹੋਇਆ ਉੱਥੇ, ਬੜਾ ਖੁਸ਼ ਹੋਇਆ। ਘਰ ਆ ਜਾਂਦਾ ਵਾਪਸ, ਆ ਕੇ ਤੇ ਫਿਰ ਉਹ ਸਤਿਗੁਰ ਦੇ ਭਾਣੇ ਵਿੱਚ ਰਹਿ ਕੇ ਬੜਾ ਉੱਚਾ ਤੇ ਸੁੱਚਾ ਜੀਵਨ ਬਤੀਤ ਕਰਦਾ। ਸਤਿਗੁਰਾਂ ਫਿਰ ਉੱਥੇ ਉਪਦੇਸ਼ ਵੀ ਇਹਨੂੰ ਦਿੱਤਾ ਬਈ ਕਿਸੇ ਵੀ ਅੰਮ੍ਰਿਤਧਾਰੀ ਤੋਂ ਬਗੈਰ ਕਿਸੇ ਕੋਲੋਂ ਖਾਣਾ ਪੀਣਾ ਨਹੀਂ, ਕਿਸੇ ਦੇ ਨਾਲ ਯਾਰ ਮਾਰ ਨਹੀਂ ਕਰਨੀ, ਧੋਖਾ ਨਹੀਂ ਕਰਨਾ, ਨਿਮਰਤਾ ਨਾਲ ਆਪਣਾ ਜੀਵਨ ਬਤੀਤ ਕਰਨਾ। ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਅਤੇ ਸਤਿਗੁਰਾਂ ਨੇ ਫਿਰ ਉਹਨੂੰ ਖੁਸ਼ੀਆਂ ਬਖਸ਼ੀਆਂ ਉਹਨਾਂ ਸਮਿਆਂ ਦੇ ਵਿੱਚ ਆਣ ਕੇ। ਇਸੇ ਤਰ੍ਹਾਂ ਦਾ ਫਿਰ ਉਹਨੇ ਸਤਿਗੁਰਾਂ ਦੇ ਹੁਕਮ ਵਿੱਚ ਰਹਿ ਕੇ ਆਪਣਾ ਜੀਵਨ ਫਿਰ ਉਹ ਬਦਲ ਲਿਆ। ਬੜਾ ਉੱਚਾ ਅਤੇ ਸੁੱਚਾ ਜੀਵਨ ਇਹਨੇ ਬਣਾਇਆ, ਐਸੀਆਂ ਐਸੀਆਂ ਪਦਵੀਆਂ 'ਤੇ ਫਿਰ ਪਹੁੰਚਿਆ ਇਹ ਨਾਮ ਦਾ ਰਸ ਲੈ ਕੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਖੜਗ ਸਿੰਘ ਦਾ, ਬਈ ਇਹ ਕੈਸਾ ਸਿੱਖ ਹੋਇਆ ਉਹਨਾਂ ਸਮਿਆਂ ਦੇ ਵਿੱਚ। ਇਹਦੀ ਫਿਰ ਸ਼ਾਦੀ ਜਿਹੜੀ ਸੀ ਉਹ ਅੰਬਾਲੇ ਦੇ ਕੋਲ ਇੱਕ ਪਿੰਡ ਹੈਗਾ ਭੱਦਲ, ਉੱਥੇ ਬੀਬੀ ਨੰਦਾ ਦੇ ਨਾਲ ਇਹਦੀ ਸ਼ਾਦੀ ਹੋਈ ਹੈ ਉਹਨਾਂ ਸਮਿਆਂ ਦੇ ਵਿੱਚ। ਸਮਾਂ ਪਾ ਕੇ ਫਿਰ ਇਹਦਾ ਇੱਕ ਬੱਚਾ ਹੋਇਆ ਜਿਹਦਾ ਨਾਂ ਠਾਕੁਰ ਸਿੰਘ ਰੱਖਿਆ। ਮੈਂ ਇਹ ਸਾਰ ਕੱਢਣਾ ਬਈ ਅੱਜ ਗੁਰੂ ਕੇ ਭਾਣੇ ਦੇ ਵਿੱਚ ਰਹਿ ਕੇ ਗੁਰਸਿੱਖ ਦਾ ਜਿਹੜਾ ਜੀਵਨ ਹੈ ਉਹ ਕਿੱਡਾ ਉੱਚਾ ਅਤੇ ਸੁੱਚਾ ਅਤੇ ਕਿੱਡਾ ਸੁਖਮਈ ਆਨੰਦਮਈ ਬਣਦਾ। ਇਤਿਹਾਸ ਭਰੇ ਹੋਏ ਨੇ ਐਸੇ ਗੁਰਸਿੱਖਾਂ ਦੇ, ਉਹਨਾਂ ਵਿੱਚੋਂ ਇੱਕ ਖੜਗ ਸਿੰਘ ਵੀ ਐਸਾ ਸੀ ਜਿਹਨੇ ਸਤਿਗੁਰੂ ਦੇ ਭਾਣੇ ਵਿੱਚ ਰਹਿ ਕੇ ਆਪਣਾ ਜੀਵਨ ਬਿਤਾਇਆ, ਸਤਿਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਿਤਾਇਆ, ਸਤਿਗੁਰ ਦੀ ਇੱਛਾ ਦੇ ਵਿੱਚ ਰਹਿ ਕੇ ਗਿਆਨ ਪ੍ਰਾਪਤ ਕੀਤਾ। ਫਿਰ ਤੇ ਫਿਰ ਇੱਥੋਂ ਤੱਕ ਪਹੁੰਚ ਗਿਆ, ਜੋ ਦੁੱਖ ਮੇ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸਨੇ ਯਾਰ। ਇੱਥੋਂ ਤੱਕ ਉਹਦੀ ਫਿਰ ਬਿਰਤੀ ਪਹੁੰਚ ਗਈ ਵੀ ਦੁੱਖ ਨੂੰ ਦੁੱਖ ਨਹੀਂ ਲੱਗਦਾ, ਸੁੱਖ ਨੂੰ ਸੁੱਖ ਨਹੀਂ ਲੱਗਦਾ। ਬਹੁਤ ਉੱਚਾ ਫਿਰ ਇਹਦਾ ਜੀਵਨ ਬਣ ਗਿਆ। ਮੈਂ ਅਰਜ ਕਰ ਰਿਹਾ ਸਾਂ ਵੀ ਇਹਦਾ ਫਿਰ ਪੁੱਤਰ ਹੋਇਆ ਸ਼ਾਦੀ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਵਿੱਚ ਵੀ ਇਹਦਾ ਜ਼ਿਕਰ ਹੁੰਦਾ ਵੀ ਠਾਕਰ ਸਿੰਘ ਇਹਦਾ ਪੁੱਤਰ ਜਿਹੜਾ ਉਹ ਛੋਟੀ ਉਮਰ 'ਚ ਹੀ ਚੜ੍ਹਾਈ ਕਰ ਜਾਂਦਾ ਹੈ, ਕਿਸੇ ਵੇਲੇ ਚੜ੍ਹਾਈ ਕਰ ਲੈਂਦਾ ਅਤੇ ਫਿਰ ਪਿੰਡ ਵਾਲੇ ਜਿਹੜੇ ਇਹਨੂੰ ਬੜੀਆਂ ਲਾਹਨਤਾਂ ਪਾਉਂਦੇ ਨੇ ਇਸੇ ਖੜਗ ਸਿੰਘ ਨੂੰ, ਆਉਂਦੇ ਨੇ ਵੀ ਤੂੰ ਤਾਂ ਬੜੀ ਮਾਲਾ ਜਪਣਾ ਹੈ ਸਤਿਗੁਰੂ ਰਾਮ ਸਿੰਘ ਦੀ, ਅਤੇ ਹੁਣ ਆ ਕੇ ਸਾਂ ਸਤਿਗੁਰੂ ਰਾਮ ਸਿੰਘ ਨੂੰ ਵੀ ਇਹਨੂੰ ਜਿੰਦਾ ਕਰਦੇ, ਮਰਨ ਕਿਉਂ ਨਹੀਂ ਦਿੱਤਾ, ਮਰਨ ਕਿਉਂ ਦਿੱਤਾ ਜੀ ਇਹਨੂੰ, ਇਹਦਾ ਜੀਵਨ ਕਿਉਂ ਨਹੀਂ ਮੰਗਿਆ, ਕਿਉਂ ਨਹੀਂ ਇਹਦੇ ਪ੍ਰਾਣ ਬਚਾ ਸਕਿਆ ਤੂੰ। ਤਾਂ ਫਿਰ ਆਉਂਦੇ ਨੇ ਨਾ ਗੁਰ ਲਾਗਾ ਤਬ ਜਾਣੀਐ ਜਬ ਮਿਟੇ ਮੌਤ ਅਨਤਾਪ, ਆਉਂਦਾ ਫਿਰ ਵੀ ਇਹ ਝੂਠੀਆਂ ਵਸਤੂਆਂ ਜਿਹੜੀਆਂ ਨੇ ਨਾ, ਸਤਿਗੁਰ ਦੇ ਦਰਸ਼ਨ ਕਰ ਲਈਏ, ਸਤਿਗੁਰ ਦਾ ਜਦੋਂ ਹੋ ਜਾਈਏ ਤਾਂ ਫਿਰ ਇਹ ਨਹੀਂ ਮੰਗਣੀਆਂ ਚਾਹੀਦੀਆਂ। ਮੰਗਣਾ ਤਾਂ ਸਤਿਗੁਰ ਦਾ ਦਰਸ਼ਨ ਮੰਗੋ, ਸਤਿਗੁਰ ਦਾ ਦੀਦਾਰ ਮੰਗੋ। ਸੰਸਾਰ 'ਤੇ ਜਿਹੜਾ ਉਹ ਆਉਂਦੇ ਨੇ ਵੀ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਇਹ ਤਾਂ ਅੱਜ ਵੀ ਗਿਆ ਅਤੇ ਕੱਲ੍ਹ ਵੀ ਗਿਆ, ਪਰ ਲੋਕ ਜਿਹੜੇ ਨੇ ਸੰਸਾਰਿਕ ਹੁੰਦੇ ਨੇ ਉਹ ਤਾਨੇ ਮਾਰਨ ਤੋਂ ਨਹੀਂ ਛੱਡਦੇ, ਉਹਨਾਂ ਇਹਨੂੰ ਕਈ ਤਰ੍ਹਾਂ ਦੇ ਤਾਨੇ ਮਾਰੇ। ਤਾਂ ਫਿਰ ਇਹਨੇ ਆਖਿਆ ਬਈ ਉੱਠ ਠਾਕੁਰ ਸਿੰਘਾ, ਆ ਜਿਹੜੇ ਆਏ ਨੇ ਤੈਨੂੰ ਮਿਲਣ ਵਾਸਤੇ ਇਹਨਾਂ ਨੂੰ ਉੱਠ ਕੇ ਜਵਾਬ ਦੇ। ਜਦੋਂ ਖੜਗ ਸਿੰਘ ਦਾ ਫਿਰ ਹੁਕਮ ਹੋਇਆ ਤੇ ਠਾਕੁਰ ਸਿੰਘ ਉਸੇ ਟਾਈਮ ਉੱਠ ਕੇ ਬਹਿ ਗਿਆ। ਫਿਰ ਆਂਦਾ ਵੀ ਮੈਂ ਤੇ ਬੜੀ ਵਧੀਆ ਜਗ੍ਹਾ ਤੇ ਜਾਣ ਡਿਆ ਸਾਂ, ਇੰਨੇ ਸੁੱਖ ਪ੍ਰਾਪਤ ਕਰਨ ਡਿਆ ਸਾਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦਰਬਾਰ ਲੱਗਾ ਉੱਥੇ ਤੇ ਤੁਸੀਂ ਮੈਨੂੰ ਆਵਾਜ਼ਾਂ ਮਾਰਨੀਆਂ ਪਿੱਛੇ ਨੂੰ। ਤਾਂ ਫਿਰ ਪਿਤਾ ਜੀ ਨੇ ਦੱਸਿਆ ਵੀ
आ जड़े तेनू लानता पाउंदे सन इन्हां नू जवाब दे। उत्थे फिर इहदा विचार विमर्श हुंदा है तां फिर वो संसारिक लोकां नू फिर शांत करदा है। पता लगदा बई सतगुरु राम सिंह दा सिख वाकई इहो ही है बई जिहनू होर कोई संसारिक चीज़ां दी जरूरत कोई नहीं। जे मंगना है तो सतगुरु तों सतगुरु दा दर्शन मंगीए जिहदे नाल अगे जा के भी इस लोक च भी भला होना है। सो उस तरह उन्हूं जवाब दिता उन्हें अपना आप विखाया खड़क सिंह ने ते फिर आख्या भी चंगा ठाकुर सिंह हुण तू जा। उस तरह फिर बजन मंडदा होया ठाकुर सिंह फिर चला गया। सो खड़क सिंह दा जिहड़ा जीवन है सतगुरु दे हुक्म दे विच रह के उन्हां दे उपदेशां ते चल के ते उन्हां दी रजा दे विच रह के ते एड्डा उच्चा ते सुच्चा हो गया है। फिर उन्हूं दुनिया की परवाह नहीं रही। इस तरह के जीवन नूं ही सतगुरु अमरदास जी आंदे ने जिथों टेक लई सी उही पढ़ के ते फिर समाप्त कर दिंदे ने। ओ जी मन मेरे सतगुर का पाने चले
ਸਿੰਘ ਨੇ ਆਪਣਾ ਜੀਵਨ ਕੱਢਿਆ, ਆਪਣੇ ਮਨ ਨੂੰ ਸਮਝਾ ਕੇ ਰੱਖਿਆ, ਗੁਰੂ ਕੇ ਪਾਣੇ ਦੇ ਵਿੱਚ ਰੱਖਿਆ। ਸਤਿਗੁਰੂ ਕਿਰਪਾ ਕਰਨ, ਸਾਡਾ ਵੀ ਜੀਵਨ ਜਿਹੜਾ ਉਹ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ, ਉਹਨਾਂ ਦੀ ਰਜ਼ਾ ਦੇ ਵਿੱਚ, ਉਹਨਾਂ ਦੇ ਹੁਕਮ ਦੇ ਵਿੱਚ ਹੀ ਸਾਰਾ ਜੀਵਨ ਨਿਕਲੇ। ਇਹੋ ਹੀ ਅਰਜ਼ਾਂ ਕਰਦਾ ਹੋਇਆ, ਸਤਿਗੁਰ ਦੀ ਮਹਿਮਾ ਦਾ ਗਾਇਨ ਕਰਦਾ ਹੋਇਆ ਦਾਸ ਇੱਥੇ ਹੀ ਖਿਮਾ ਦਾ ਜਾ ਚੁੱਕੇ। ਇੱਕ ਵਾਰੀ ਸਭ ਗੱਜ ਕੇ ਆਖੋ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ, ਸਤਿ ਸ੍ਰੀ ਅਕਾਲ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਿਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਾਹਿਬ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਏ ਘਰ ਨੌ ਨਿਧਾ ਵੈ ਧਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਭ ਥਾਈਂ ਹੋਏ ਸਹਾਏ। ਸ੍ਰੀ ਗੁਰੂ ਬਾਲਕ ਸਿੰਘ ਸਿਮਰੀਏ ਜਿਨ੍ਹਾਂ ਧਰਮ ਦਾ ਮਾਰਗ ਗਿਆ ਬਿਤਾਏ, ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਜਮ ਤੋਂ ਲਿਆ ਛਡਾਏ, ਜੋਤ ਕਾ ਜਾਮਾ ਸਤਿਗੁਰੂ ਹਰੀ ਸਿੰਘ ਸਿਮਰੀਏ ਟੁੱਟੀ ਸਿੱਖੀ ਲਈ ਮਿਲਾਏ, ਧੰਨ ਧੰਨ ਸਤਿਗੁਰੂ ਪ੍ਰਤਾਪ ਸਿੰਘ ਵੱਡੇ ਪ੍ਰਤਾਪ ਵਾਲੇ ਸਿਮਰੀਏ ਜਿਨ੍ਹਾਂ ਕਲਯੁੱਗ ਵਿੱਚ ਸੁੱਚ ਸੋਧ ਨਾਮ ਬਾਣੀ ਦਾ ਪ੍ਰਵਾਹ ਦੀਆ ਚਲਾਏ, ਮਿਹਰਬਾਨ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਏ ਜਨਮ ਮਰਨ ਦੁੱਖ ਜਾਏ, ਪਹਿਰੇ ਦੇ ਮਾਲਕ ਹਾਜ਼ਰਾ ਹਜ਼ੂਰ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਸਭ ਥਾਈਂ ਹੋ ਜੀ ਸਾਹਿਬ। ਗੁਰੂ ਜੀ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ 80 ਸ਼ਹੀਦ ਬੇਅੰਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਆਪ ਜੀ ਦਾ ਨਾਮ ਚਿੱਤ ਆਵੇ। ਸਤਿਗੁਰੂ ਜੀ ਅਸੀਂ ਸਦਾ ਹੀ ਭੁੱਲਣਹਾਰ ਜੀ, ਮਹਾਂ ਬਖਸ਼ਣ ਦਾ ਪਿਤਾ ਦਰੋ ਕਰੋ, ਸਾਨੂੰ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ੋ, ਨਾਮ ਦਾਨ ਸਨਾਨ ਅੰਮ੍ਰਿਤ ਵੇਲੇ ਦਾ ਜਾਗਣਾ ਸਣੇ ਕੇ ਅਸੀਂ ਇਸ਼ਨਾਨ ਕਰਨ ਦਾ ਬਲ ਬਖਸ਼ੋ, ਸਾਧ ਦਾ ਸੰਗ ਨਾਮ ਦਾ ਰੰਗ ਭਜਨ ਬਾਣੀ ਦਾ ਪ੍ਰਤਾਪ ਬਖਸ਼ੋ, ਦੁੱਖਾਂ ਕਲੇਸ਼ਾਂ ਮਹਾਂਮਲੇਸ਼ਾਂ ਤੋਂ ਸਦਾ ਵਾਸਤੇ ਦੂਰ ਰੱਖੋ, ਆਪਣੀ ਚਰਨੀ ਲਾਈ ਰੱਖੋ, ਆਪਣੇ ਪੁੱਤਰ ਚਰਨ ਕਮਲਾਂ ਦਾ ਆਸਰਾ ਬਖਸ਼ੋ, ਆਪ ਦੇ ਚਰਨਾਂ 'ਚ ਅਰਦਾਸ ਸਾਡਾ ਧਰਮ ਅਤੇ ਕਰਮ ਬਣਿਆ ਰਹੇ। ਸਤਿਗੁਰੂ ਰਾਮ ਸਿੰਘ, ਸਤਿਗੁਰੂ ਜਗਜੀਤ ਸਿੰਘ, ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ, ਆਪ ਜੀ ਦੀ ਅਪਾਰ ਕਿਰਪਾ ਦੇ ਨਾਲ, ਆਪ ਦੇ ਚਰਨਾਂ ਦਾ ਓਟ ਆਸਰਾ ਲੈ ਕੇ, ਆਪ ਜੀ ਦੇ ਹੁਕਮ ਅਨੁਸਾਰ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਪਾਵਨ ਨਾਮ ਦਾ ਸਿਮਰਨ ਕੀਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਕਿਰਪਾ ਕਰੋ, ਇਹ ਚੰਦ ਗਲੀਆਂ ਆਪਣੀ ਦਰਗਾਹ 'ਚ ਮਨਜ਼ੂਰ ਕਰੋ। ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਰਿਆਂ ਨੂੰ ਸਰਗੁਣ ਸਰੂਪ ਦਾ ਦਰਸ਼ਨ ਬਖਸ਼ੋ, ਦਰਸ਼ਨਾਂ ਦੀ ਦਾਤ ਬਖਸ਼ੋ। ਇਸੇ ਸਮੇਂ ਅੰਦਰ ਆਪ ਜੀ ਦੇ ਪਵਿੱਤਰ ਪਾਵਨ ਦੀਵਾਨ ਸੱਜੇ ਨੇ ਸੱਚੇ ਪਾਤਸ਼ਾਹ, ਗੁਰਬਾਣੀ ਪੜ੍ਹੀ ਗਈ, ਇਤਿਹਾਸ ਪੜ੍ਹੇ ਗਏ ਨੇ, ਇਹਨਾਂ ਦਾ ਭਾਵ ਸਾਡੇ ਮਨ ਹਿਰਦੇ ਵਿੱਚ ਵਸੇ। ਪੜ੍ਹੀ ਸੁਣੀ ਗੁਰਬਾਣੀ ਆਪਣੇ ਦਰ 'ਤੇ ਪ੍ਰਵਾਨ ਕਰੋ, ਹੋਈਆਂ ਭੁੱਲਾਂ ਨਾਚ ਤਾਰਦੇ ਹੋਏ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਪੜ੍ਹਨ ਦਾ ਬਲ ਬਖਸ਼ੋ। ਸਤਿਗੁਰੂ ਰਾਮ ਸਿੰਘ, ਸਤਿਗੁਰੂ ਜਗਜੀਤ ਸਿੰਘ, ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ, ਆਪ ਜੀ ਦੇ ਦਰ ਘਰ ਦੇ ਸੇਵਕ ਸੱਚੇ ਪਾਤਸ਼ਾਹ ਇੱਕ ਕਾਕਾ ਪਾਸ ਹੋਇਆ, ਕਿਰਪਾ ਕਰੋ, ਉਸ ਖੁਸ਼ੀ ਵਿੱਚ ਅਰਦਾਸ ਕਰਾਉਂਦੇ ਨੇ, ਚੜ੍ਹਦੀਆਂ ਕਲਾ ਬਣੀ ਰਹੇ। ਸੱਚੇ ਪਾਤਸ਼ਾਹ ਕਾਕੇ ਦੇ ਸਿਰ 'ਤੇ ਮਿਹਰ ਬਰਿਆਹਤ ਦੇ ਕੇ ਆਪਣੀ ਚਰਨੀ ਲਾਈ ਰੱਖੋ, ਆਪਣਾ ਬਣਾਈ ਰੱਖੋ, ਗੁਰਸਿੱਖੀ ਜੀਵਨ ਬਖਸ਼ੋ, ਨਾਮ ਦਾਲ ਸਨਾਨ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ, ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਸੱਚੇ ਪਾਤਸ਼ਾਹ ਸਾਰਿਆਂ 'ਤੇ ਮਿਹਰ ਬਰਿਆਹਤ ਦੇ ਕੇ ਰੱਖੋ। ਹੋਰ ਵੀ ਜੋ ਵੀ ਮਾਈ ਭਾਈ ਆਪ ਜੀ ਦੇ ਦਰ 'ਤੇ ਇਸ ਮੇਲੇ ਵਿੱਚ ਆਏ ਨੇ, ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ ਆਪ ਜੀ ਦੀ ਕਿਰਪਾ ਦੇ ਨਾਲ। ਸਾਰਿਆਂ ਦਾ ਕਦਮ ਕਦਮ ਲੇਖੇ ਲਾਓ, ਰੋਗ ਸੋਗ ਤੋਂ ਦੂਰ ਰੱਖੋ, ਸਰੀਰਾਂ ਦੀ ਤੰਦਰੁਸਤੀ ਬਖਸ਼ੋ। ਸੱਚੇ ਪਾਤਸ਼ਾਹ ਆਪ ਜੀ ਦੀਆਂ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀਆਂ ਭੇਜੀਆਂ ਹੋਈਆਂ ਰਸਤਾਂ ਵਿੱਚੋਂ ਮਿਸ਼ਟਾਂਤ ਪ੍ਰਸਾਦ ਹਾਜ਼ਰ ਹੈ, ਆਪ ਜੀ ਦੀ ਰਸਨੀ ਲਾਇਕ ਹੋਵੇ, ਰਸਨੀ ਲੱਗਾ ਪ੍ਰਸਾਦ ਆਪ ਕੀ ਸਾਧ ਸੰਗਤ ਕੋ ਵਰਤੇ, ਜੋ ਜੀ ਸਕੇ ਸੋ ਆਪ ਜੀ ਕਾ ਨਾਮ ਜਪੇ, ਅਤੁੱਟ ਭੰਡਾਰੇ ਵਰਤਣ, ਨਾਮ ਇਸਰੀ ਨਾਮ ਸਾਰੀ ਰੱਖ ਲਾ ਬਖਸ਼ ਲਾ, ਦੇਹ ਕਰਕੇ ਦਰਸ਼ਨ ਦਿਓ, ਅਰਦਾਸ ਦਰ 'ਤੇ ਪ੍ਰਵਾਨ ਕਰੋ, ਦੇਹੋ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਕਾ ਭਲਾ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।